ਟ੍ਰੈਂਡ ਕਰਦੀਆਂ ਤਸਵੀਰਾਂ ਹੈਗੀਆਂ ਉਹ ਹੈਗੀਆਂ ਸਟੈਚੂ ਆਫ ਲਿਬਰਟੀ ਦੀਆਂ। ਅਸੀਂ ਸੋਚਿਆ ਕਿ ਕੁਛ ਮਾਤਾ ਜੀ ਨੂੰ ਜਾਂ ਆਪਣੇ ਪੇਰੈਂਟਸ ਨੂੰ ਡੈਡੀਕੇਟ ਕਰੀਏ, ਉਸ ਇਸ ਲਈ ਇਹ ਬਣਾ ਹੁੰਦੀ ਆ। ਬੜਾ ਮਨ ਕਰ ਰਹਿੰਦਾ ਵੀ ਬੱਚੇ ਨੂੰ ਮਿਲ ਗਈ, ਪਰਦੇਸ ਤੇ ਪਰਦੇਸੀ ਹੋ ਜਾਂਦਾ ਨਾ। ਜਿਹੜਾ ਵੱਡਾ ਬ੍ਰਦਰ ਆ ਉਹ ਤਾਂ ਹੈਗਾ ਜੀ ਦੋਹਾ ਗਦਰ, ਅਤੇ ਜਿਹੜਾ ਉਸ ਤੋਂ ਛੋਟਾ ਹੈ ਉਹ USA। 100 ਲੋਕ ਜਾਂਦੇ ਆ ਅਤੇ ਵਿੱਚੋਂ 99 ਫੋਟੋ ਖਿੱਚ ਕੇ ਖੜ੍ਹਦੇ ਆ ਜੀ। ਨਵੀਂ ਜ਼ਮੀਨ ਲਈ ਆ, ਪਹਿਲਾਂ ਸਾਡਾ ਘਰ ਪਿੰਡ ਦੇ ਵਿੱਚ ਸੀ, ਘਰ ਬਣਦੇ ਨੂੰ 2 ਸਾਲ ਲੱਗ ਗਏ ਆ ਜੀ। ਕੋਠੀ ਮੇਰੇ 3 ਮੰਜ਼ਿਲਾ? ਹਾਂਜੀ 3 ਮੰਜ਼ਿਲ, 2-3 ਮਹੀਨੇ ਇਹਨੂੰ ਮਤਲਬ ਤਿਆਰ ਹੁੰਦਿਆਂ ਲੱਗ ਗਏ। ਇਹ ਮਹਿਲਪੁਰ ਤੋਂ ਆਏ ਜੀ ਮਿਸਤਰੀ, ਤਕਰੀਬਨ ਹੁਣ ਤੱਕ ਇਹ 3.5 ਲੱਖ ਰੁਪਈਆ ਲੱਗ ਗਿਆ, ਅਤੇ ਤਕਰੀਬਨ 1.5 ਲੱਖ ਹੋਰ ਲੱਗੂਗਾ ਇਹਨੂੰ ਕੰਪਲੀਟ ਹੁੰਦਾ। ਤਾਂ ਬੇਸ ਦੀ ਹੈਗੀ ਜੀ 15 ਫੁੱਟ ਅਤੇ 16 ਫੁੱਟ ਹੈਗੀ ਜੀ ਸਟੈਚੂ। ਪੰਜਾਬੀ ਦੇਸ਼ ਦੁਨੀਆ ਦੇ ਵਿੱਚ ਵਿਲੱਖਣ ਸ਼ੌਂਕਾਂ ਕਰਕੇ ਜਾਣੇ ਜਾਂਦੇ ਨੇ, ਔਰ ਅੱਜ ਇੱਕ ਸ਼ੌਂਕ ਦੀ ਤਸਵੀਰ ਜਿਹੜੀ ਹੈਗੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ, ਨਾਲ ਹੀ ਇਸ ਸ਼ੌਂਕ ਦਾ ਕੀ ਕਾਰਨ ਸੀਗਾ ਜਾਂ ਕਿਵੇਂ ਇਹ ਸ਼ੌਂਕ ਜਿਹੜਾ ਅੱਜ ਪੂਰਾ ਕੀਤਾ ਗਿਆ ਉਹਦੇ ਬਾਰੇ ਵੀ ਪੂਰੀ ਗੱਲਬਾਤ ਜਿਹੜੀ ਹੈਗੀ ਅੱਜ ਉਸ ਪਰਿਵਾਰ ਦੇ ਨਾਲ ਕਰਾਂਗੇ। ਤਾਂ ਪਹਿਲਾਂ ਮੈਂ ਸ਼ੌਂਕ ਦੀ ਗੱਲ ਕਰਾਂ, ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਅੱਜ ਬਿਲਕੁਲ ਟ੍ਰੈਂਡ ਕਰਦੀਆਂ ਤਸਵੀਰਾਂ ਹੈਗੀਆਂ ਉਹ ਹੈਗੀਆਂ ਸਟੈਚੂ ਆਫ ਲਿਬਰਟੀ ਦੀਆਂ, ਔਰ ਅੱਜ ਅਸੀਂ ਉਸ ਘਰ ਦੇ ਵਿੱਚ ਮੌਜੂਦ ਹਾਂ, ਉਸ ਘਰ ਤੋਂ ਜਿਹੜਾ ਹੈਗਾ ਬਿਲਕੁਲ ਇਹ ਤਸਵੀਰਾਂ ਵੀ ਦਿਖਾਵਾਂਗੇ ਤੁਹਾਨੂੰ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਸ਼ਾਇਦ ਇਹ ਤਸਵੀਰ ਦੇਖੀ ਹੋਊਗੀ। ਔਰ ਸਟੈਚੂ ਆਫ ਲਿਬਰਟੀ ਨੂੰ ਲੈ ਕੇ ਕਹਿ ਸਕਦੇ ਹਾਂ ਕਿ ਅਮਰੀਕਾ ਦੇ ਵਿੱਚ ਲੋਕ ਜਾਂਦੇ ਨੇ, ਔਰ ਹੁਣ ਮੇਰਾ ਖਿਆਲ ਹੈ ਕਿ ਉੱਥੇ ਜਾਣ ਦੀ ਲੋੜ ਨਹੀਂ, ਕਿਉਂਕਿ ਉਹ ਤਸਵੀਰਾਂ ਜਾਂ ਹੂ ਬਹੂ ਅਜਿਹੀ ਕਹਿ ਸਕਦੇ ਹਾਂ ਕਿ ਕਲਾ ਦਾ ਪ੍ਰਦਰਸ਼ਨ ਜਿਹੜਾ ਹੈਗਾ ਉਹ ਹੁਣ ਪੰਜਾਬ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ। ਸਟੈਚੂ ਆਫ ਲਿਬਰਟੀ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਮੌਜੂਦ ਹੈ, ਔਰ ਇਸ ਜਗ੍ਹਾ ਦੇ ਉੱਤੇ ਬਣਾਈ ਗਈਆਂ ਇਹ ਤਸਵੀਰਾਂ ਜਾਂ ਫਿਰ ਇਸ ਸਟੈਚੂ ਦੇ ਪਿੱਛੇ ਜਿਹੜਾ ਹੈਗਾ ਇਸ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਜਿਹੜਾ ਹੈਗਾ ਪਰਿਵਾਰ ਦੀ ਕਿਸ ਤਰ੍ਹਾਂ ਦੀ ਮਿਹਨਤ ਹੈਗੀ ਇਸ ਦੇ ਵਿੱਚ, ਔਰ 3 NRI ਭਰਾਵਾਂ ਦੀ ਇਹ ਕਹਾਣੀ ਹੈਗੀ ਹੈ ਜਿਨ੍ਹਾਂ ਵੱਲੋਂ ਬਹੁਤ ਸਮਾਂ ਪਹਿਲਾਂ ਇਹ ਚੀਜ਼ ਜਿਹੜੀ ਸੀਗੀ ਉਹ ਸੋਚੀ ਗਈ ਸੀਗੀ। ਔਰ ਅੱਜ ਮੈਂ ਉਸ ਘਰ ਦੇ ਵਿੱਚ ਮੌਜੂਦ ਹਾਂ, ਮੇਰੇ ਨਾਲ ਬਕਾਇਦਾ ਪਹਿਲਾਂ ਤਾਂ ਇੱਕ ਵੀਰ ਜਿਹੜੇ ਇੱਥੇ ਨੇ ਔਰ 2 ਭਰਾ ਜਿਹੜੇ ਵਿਦੇਸ਼ ਨੇ ਉਹਨਾਂ ਬਾਰੇ ਵੀ ਗੱਲ ਕਰਾਂਗੇ, ਔਰ ਪਰਿਵਾਰਕ ਸੱਜਣ ਨੇ ਕੋਈ ਇਹਨਾਂ ਦੇ ਨਾਲ, ਔਰ ਨਾਲ ਹੀ ਮੇਰੇ ਨਾਲ ਮਾਤਾ ਜੀ ਨੇ। ਤਾਂ ਪਹਿਲਾਂ ਸ਼ੁਰੂ ਕਰਦੇ ਹਾਂ ਮਾਤਾ ਜੀ ਕੋਲ। ਮਾਤਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਸ਼ੁਭ ਨਾਮ ਜੀ ਤੁਹਾਡਾ? ਕੁਲਵੀਰ ਕੌਰ। ਇਹ ਜਿਹੜੀ ਚੀਜ਼ ਬਣਾਈ ਉੱਪਰ ਕੀ ਕਹਿੰਦੇ ਇਹਨੂੰ? ਇਹ ਬੱਚਿਆਂ ਨੇ ਬਣਾਈ ਜੀ, ਇਹਦੇ ਬਾਰੇ ਤੇ ਬੱਚੇ ਇੰਗਲਿਸ਼ ਚ ਕਹਿੰਦੇ ਇਹਨੂੰ। ਅੱਛਾ। ਮੈਂ ਤੇ ਬਿਲਕੁਲ ਪੰਜਾਬੀ ਬੋਲਦੀ ਆ। ਓਕੇ। ਤੇ ਹਾਂਜੀ, ਇਹਦੇ ਬਾਰੇ ਬੱਚਿਆਂ ਨੂੰ ਜ਼ਿਆਦਾ ਪਤਾ ਵੀ ਇਹਦਾ ਕੀ ਨਾਂ ਪੂਰਾ ਕੀ ਲੈਂਦੇ ਆ ਬੱਚੇ। ਅੱਛਾ, ਲੋਕ ਪੁੱਛਦੇ ਹੈਗੇ ਲਾਗੇ ਸ਼ਾਗੋਂ ਵੀ ਕੀ ਬਣਾਤਾ? ਹਾਂਜੀ ਹਾਂਜੀ, ਪੁੱਛਦੇ ਬਹੁਤ ਜ਼ਿਆਦਾ, ਬਹੁਤ ਵੀਡੀਓ ਬਣਾ ਕੇ ਖੜਦੇ ਆ ਬੱਚੇ ਜਿਹੜੇ ਲੰਘਦੇ ਆ ਆਉਂਦੇ ਜਾਂਦੇ, ਉਹ ਬਹੁਤ ਵੀਡੀਓ ਬਣਾ ਕੇ ਖੜਦੇ ਆ, ਗੱਡੀਆਂ ਖਲਾਰ ਖਲਾਰ ਕੇ ਬਣਾ ਕੇ ਖੜਦੇ ਆ ਤੇ ਜਾਂਦੇ ਆ ਲੈ ਕੇ, ਬੜੇ ਖੁਸ਼ ਜਾਂਦੇ ਬੱਚੇ। ਕੀ ਲੱਗਦਾ ਮਾਤਾ ਜੀ, ਇਹ ਜਦੋਂ ਕੁਛ ਨਾ ਕੁਛ ਅਲੱਗ ਜਿਹਾ ਜਿਹੜਾ ਹੈਗਾ, ਜਿੱਦਾਂ ਅਸੀਂ ਨਾ ਕਾਫੀ ਜਗ੍ਹਾ ਤੇ ਦੇਖਦੇ ਆ ਕਈ ਤਰ੍ਹਾਂ ਦੀਆਂ ਤਸਵੀਰਾਂ ਅਲੱਗ ਅਲੱਗ ਹੁੰਦੀਆਂ ਨੇ, ਘਰ ਬਹੁਤ ਸ਼ੌਂਕ ਦੇ ਨਾਲ ਕਹਿੰਦੇ ਹੁੰਦੇ ਆ ਕਿ ਸੁਪਨਿਆਂ ਦਾ ਘਰ ਹੁੰਦੇ ਆ, ਔਰ ਬੜੀ ਮਿਹਨਤ ਔਰ ਸ਼ਿੱਦਤ ਦੇ ਨਾਲ ਜਿਹੜੀਆਂ ਹੈਗੀਆਂ ਚੀਜ਼ਾਂ ਤਿਆਰ ਹੁੰਦੀਆਂ ਹੈਗੀਆਂ, ਤਾਂ ਇੱਕ ਅਲੱਗ ਜਿਹਾ ਕੁਛ ਹੋਵੇ ਔਰ ਲੋਕ ਉਹਦੇ ਬਾਰੇ ਪੁੱਛਣ ਆਣ ਕੇ, ਹਾਂਜੀ ਕਿਵੇਂ ਦਾ ਮਹਿਸੂਸ ਕਰਦੇ? ਬੜਾ ਵਧੀਆ ਲੱਗਦਾ ਜੀ ਜਦੋਂ ਕੋਈ ਪੁੱਛਦੇ ਆ ਵੀ ਇਹ ਕਿੱਦਾਂ ਫਿਰ ਕਿੰਨਾ ਖਰਚਾ ਆਇਆ, ਕਿੱਦਾਂ ਏਦਾਂ ਪੁੱਛਦੇ ਬੱਚਿਆਂ ਨੂੰ, ਸਾਨੂੰ ਵੀ ਕਈ ਪੁੱਛਦੇ ਆ
ਤੇ ਸਾਰੇ ਬਹੁਤ ਖੁਸ਼ ਹੁੰਦੇ ਵੇਖ ਕੇ। ਹਾਂਜੀ ਬੜੇ ਖੁਸ਼ ਹੁੰਦੇ ਆ, ਆਪਦਾ ਵੀ ਬੜਾ ਮਨ ਖੁਸ਼ ਹੋਇਆ ਜਦੋਂ ਬੱਚਿਆਂ ਨੇ ਬਣਾਇਆ ਵਾ, ਤੇ ਬੜਾ ਮਨ ਨੂੰ ਖੁਸ਼ੀ ਜੀ ਆਈ ਆ ਵੀ ਬਹੁਤ ਵਧੀਆ ਬਣਾਇਆ ਬੱਚਿਆਂ ਦੇ ਮਨ ਦੇ ਵਿੱਚ। ਚਲੋ ਬੱਚੇ ਗਏ ਆਪਣੀ ਮਿਹਨਤ ਕਰਦੇ ਆ, ਆਪਣੀ ਮਿਹਨਤ ਤੋਂ ਚਲੋ ਮਹਾਰਾਜ ਨੇ ਇੱਥੋਂ ਤੱਕ ਪਹੁੰਚਾਇਆ ਸਤਿਗੁਰ ਨੇ। ਹਾਂਜੀ ਮਾਤਾ ਜੀ, ਤਿੰਨ ਬੇਟੇ ਆ ਤੁਹਾਡੇ, ਹਾਂਜੀ, ਔਰ ਤਿੰਨਾਂ ਬੇਟਿਆਂ ਦੀ ਮਿਹਨਤ ਜਿਹੜੀ ਹੈਗੀ ਆ ਉਹ ਅੱਜ ਦਿਖਾਈ ਦੇ ਰਹੀ ਹੈ। ਹਾਂਜੀ ਉਹਨਾਂ ਦੀ ਮਿਹਨਤ ਦਿਖਾਈ ਦਿੰਦੀ ਆ, ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਬਚਪਨ ਤੋਂ ਹੀ, ਬੱਚਿਆਂ ਨੇ ਬਹੁਤ ਆਪਣੀ ਜ਼ਿੰਮੇਵਾਰੀ ਨਿਭਾਈ ਆ ਤੇ ਬਹੁਤ ਆਪਣੀ ਸਮਝਦਾਰੀ ਨਾਲ ਇੱਥੋਂ ਤੱਕ ਪਹੁੰਚੇ ਬੱਚੇ। ਹਾਂਜੀ ਠੀਕ ਹੈ। ਤਾਂ ਪਹਿਲਾਂ ਜਿਹੜਾ ਮੇਰੇ ਨਾਲ ਜਿਹੜੇ ਇੱਕ ਵੀਰ ਨੇ ਇੱਥੇ ਜਿਹੜੇ ਯੋਧਵੀਰ ਸਿੰਘ, ਬਹੁਤ ਬਹੁਤ ਸਵਾਗਤ ਹੈ ਭਾਅ ਜੀ ਤੁਹਾਡਾ ਵੀ। ਸਤਿ ਸ਼੍ਰੀ ਅਕਾਲ ਭਾਅ ਜੀ। ਔਰ ਪਹਿਲਾਂ ਥੋੜ੍ਹਾ ਜਿਹਾ ਮੈਂ ਜਾਣਨਾ ਚਾਹੂੰਗਾ ਕਿ ਦੋ ਭਰਾ ਨੇ ਜਿੱਦਾਂ ਤੁਸੀਂ ਦੱਸਿਆ ਪਹਿਲਾਂ, ਯੈਸ, ਵੱਡੇ ਨੇ ਛੋਟੇ ਨੇ ਜਾਂ ਕਿਵੇਂ ਨੇ, ਹਾਂਜੀ ਕਿੱਥੇ ਕਿੱਥੇ ਨੇ? ਹਾਂ ਜਿਹੜਾ ਵੱਡਾ ਬ੍ਰਦਰ ਆ ਉਹ ਤਾਂ ਹੈਗਾ ਜੀ ਦੋਹਾ ਗਦਰ, ਤੇ ਜਿਹੜਾ ਉਸ ਤੋਂ ਛੋਟਾ ਹੈ ਉਹ USA ਹੈ। ਠੀਕ ਹੈ, ਕੀ ਕੀ ਨਾਮ ਹੈਗੇ ਥੋੜ੍ਹਾ ਜਿਹਾ ਉਹ ਵੀ ਦੇਖਦੇ ਹੋਣਾ, ਕਹਿੰਦਾ ਯਾਰ ਚੰਗੇ ਬੰਦੇ ਮੇਰਾ ਨਾਮ ਹੀ ਲਿਆ। ਵੱਡੇ ਬ੍ਰਦਰ ਦਾ ਨਾਮ ਹੈ ਜੋਰਾਵਰ ਸਿੰਘ, ਠੀਕ ਹੈ, ਤੇ ਜਿਹੜਾ ਉਸ ਤੋਂ ਛੋਟਾ ਬ੍ਰਦਰ ਆ ਉਹ ਗੁਰਮੁਖ ਸਿੰਘ, ਠੀਕ ਹੈ। ਹਾਂਜੀ ਤੇ ਫਿਰ ਤੁਸੀਂ ਵੀ, ਮੈਂ ਜਿੱਦਾਂ ਪਤਾ ਚੱਲਿਆ ਸੀਗਾ ਕਿ ਵਿਦੇਸ਼ੀ ਸੀਗੇ। ਹਾਂਜੀ ਮੈਂ ਵੀ ਵਿਦੇਸ਼ ਗਿਆ ਸੀ। ਕਿਹੜੀ ਜਗ੍ਹਾ ਸੀਗੀ? ਮੈਂ ਓਮਾਨ ਦੇ ਵਿੱਚ। ਠੀਕ ਹੈ, ਤੇ ਜਿਹੜੇ ਬ੍ਰਦਰ USA ਗਏ ਉਹਨਾਂ ਨੂੰ ਕਿੰਨਾ ਚਿਰ ਹੋ ਗਿਆ? ਉਹਨਾਂ ਨੂੰ ਤਕਰੀਬਨ 2019 ਦੇ ਵਿੱਚ ਗਏ ਆ, 5 ਸਾਲ ਹੋ ਗਏ। ਹੁਣ ਜਿੱਦਾਂ ਮਾਤਾ ਜੀ ਕਹਿੰਦੇ ਕਿ ਇੰਗਲਿਸ਼ 'ਚ ਕੁਛ ਕਹਿੰਦੇ ਮੈਨੂੰ ਪਰ ਨਾਮ ਨਹੀਂ ਪਤਾ, ਤੇ ਤੁਸੀਂ ਥੋੜ੍ਹਾ ਜਿਹਾ ਕਲੀਅਰ ਕਰ। ਹਾਂਜੀ ਇਹ ਸਟੈਚੂ ਆਫ ਲਿਬਰਟੀ ਆ ਜੀ। ਠੀਕ ਹੈ, ਤੇ ਜਿੱਦਾਂ ਹੁਣ ਸਾਡੀ ਫੈਮਿਲੀ ਪੂਰੀ ਮਤਲਬ ਕਹਿ ਸਕਦੇ ਹਾਂ ਕਿ ਸਾਨੂੰ ਉਹਨਾਂ ਹਮੇਸ਼ਾ ਹੀ ਫਰੀਡਮ ਦਿੱਤੀ ਆ, ਤੇ ਇੱਕ ਹੋਪ ਦਿੱਤੀ ਆ ਕਿ ਅੱਗੇ ਵਧਣ ਦੀ, ਤੇ ਅਸੀਂ ਸੋਚਿਆ ਕਿ ਕੁਛ ਮਾਤਾ ਜੀ ਨੂੰ ਜਾਂ ਆਪਣੇ ਪੇਰੈਂਟਸ ਨੂੰ ਡੈਡੀਕੇਟ ਕਰੀਏ, ਉਸ ਇਸ ਲਈ ਇਹ ਬਣਾਤੀ ਹੈ ਜੀ। ਸਾਡੇ ਦਿਮਾਗ 'ਚ ਇਹ ਆਇਆ, ਸਰਚ ਕੀਤਾ ਗੂਗਲ ਤੋਂ, ਤਾਂ ਕੀ ਸਰਚ ਕੀ ਕੀਤਾ ਤੁਸੀਂ ਕਿ ਮਤਲਬ ਕਿ ਕੁਛ ਨਾ ਕੁਛ ਅਲੱਗ ਕੀਤਾ ਜਾਵੇ, ਜਿੱਦਾਂ ਹੁਣ ਕੋਈ ਡੈਡੀਕੇਟ ਕੀਤਾ ਜਾਵੇ, ਜਿੱਦਾਂ ਸਾਨੂੰ ਸਾਡੇ ਪੇਰੈਂਟਸ ਨੇ ਦੱਸਿਆ, ਇਹ ਜਿਵੇਂ ਕਹਿ ਸਕਦੇ ਹਾਂ ਕਿ ਸਾਨੂੰ ਪੂਰੀ ਫਰੀਡਮ ਦਿੱਤੀ ਹੈਗੀ ਉਹਨਾਂ ਨੇ, ਤੇ ਇਹ ਖੋਪ ਦਿੱਤੀ ਆ ਕਿ ਕਿਵੇਂ ਮਤਲਬ ਤੁਸੀਂ ਅੱਗੇ ਵਧਣਾ ਹੈਗਾ, ਸਾਰਾ ਕੁਛ ਇਹ ਸਰਚ ਕਰਕੇ ਕਿ ਅਸੀਂ ਕੀ ਡੈਡੀਕੇਟ ਕੋਈ ਅਲੱਗ ਉਹਨਾਂ ਨੂੰ ਬਣਾ ਕੇ ਦਈਏ ਆਪਣੀ ਜ਼ਿੰਦਗੀ ਦੇ ਵਿੱਚ। ਮਨ 'ਚ ਸ਼ੌਂਕ ਸੀਗਾ ਕਿ ਮਤਲਬ ਪਰਿਵਾਰ ਜਿਹੜਾ ਹੈਗਾ ਉਹ ਬਿਲਕੁਲ ਉਸ ਚੀਜ਼ ਨੂੰ ਦੇਖੇ ਔਰ ਉਹਨਾਂ ਨੂੰ ਮਹਿਸੂਸ ਹੋਵੇ, ਜਿੱਦਾਂ ਹੁਣ ਮਾਤਾ ਜੀ ਕਹਿ ਰਹੇ ਸੀਗੇ ਕਿ ਲੰਘਦੇ ਹੁੰਦੇ ਲੋਕ ਪੁੱਛ ਕੇ ਜਾਂਦੇ, ਫੋਟੋਆਂ ਖਿਚਾਉਂਦੇ ਇੱਥੇ। ਹਾਂਜੀ ਬਹੁਤ ਫੋਟੋਆਂ ਖਿਚਾਉਂਦੇ ਆ, ਜੇ 100 ਲੋਕ ਜਾਂਦੇ ਆ ਤਾਂ ਵਿੱਚੋਂ 99 ਫੋਟੋ ਖਿੱਚ ਕੇ ਖੜਦੇ ਆ ਜੀ, ਗੱਡੀਆਂ ਰੋਕ ਰੋਕ ਕੇ ਮਤਲਬ ਫੋਟੋਆਂ ਖਿੱਚ ਕੇ ਖੜਦੇ। ਇਹ ਖਾਸ ਜਿਹੜਾ ਹੈਗਾ ਮਤਲਬ ਜੱਦੀ ਪਹਿਲਾਂ ਦੀ ਜ਼ਮੀਨ ਸੀਗੀ ਘਰ ਸੀਗਾ ਇੱਥੇ ਜਾਂ ਫਿਰ ਇਹ ਨਵੀਂ ਲਈ ਹੈ? ਨਹੀਂ ਇਹ ਨਵੀਂ ਜ਼ਮੀਨ ਲਈ ਆ, ਪਹਿਲਾਂ ਸਾਡਾ ਘਰ ਪਿੰਡ ਦੇ ਵਿੱਚ ਸੀ। ਠੀਕ ਹੈ, ਤੇ ਇਹ ਦੁਬਾਰੇ 2 ਸਾਲ ਹੋ ਗਏ ਆ ਘਰ ਬਣਦੇ ਨੂੰ, 6 ਮਹੀਨੇ ਪਹਿਲਾਂ ਇੱਥੇ ਸ਼ਿਫਟ ਹੋਏ ਹਾਂ। ਠੀਕ ਹੈ, ਹਾਲੇ ਤੇ ਬਣਤਰ ਚੱਲ ਰਹੀ। ਹਾਂਜੀ ਹਾਂਜੀ ਅਜੇ ਬਹੁਤ ਬਣਨ ਵਾਲਾ ਅਜੇ ਤੇ। ਹਾਂਜੀ ਅਜੇ ਰੋਕਿਆ ਥੋੜਾ ਕੰਮ ਆਪ ਹੀ। ਵੈਸੇ ਘਰ ਨੂੰ ਬਣਦੇ ਆ ਭਾਜੀ ਕਿੰਨਾ ਕੁ ਚਿਰ ਹੋ ਗਿਆ? ਇਹ ਤਕਰੀਬਨ ਘਰ ਨੂੰ ਬਣਦੇ ਨੂੰ 2 ਸਾਲ ਲੱਗ ਗਏ ਆ ਜੀ। ਕੋਠੀ ਮੇਰੇ 3 ਮੰਜ਼ਲਾ? ਹਾਂਜੀ 3 ਮੰਜ਼ਲਾ। ਤੇ ਜੇ ਆਪਾਂ ਸਟੈਚੂ ਆਫ ਲਿਬਰਟੀ ਦੀ ਗੱਲ ਕਰੀਏ ਕਿ ਤੁਸੀਂ ਕਿਹਾ ਜੀ ਪਰਿਵਾਰ ਨੂੰ ਸਮਰਪਿਤ ਕਹਿ ਲਈਏ ਕਿ ਆਪਾਂ ਮਾਤਾ ਜੀ ਨੂੰ ਤੁਸੀਂ ਬਿਲਕੁਲ ਚਾਹੁੰਦੇ ਸੀਗੇ ਕਿ ਕੁਛ ਵਿਲੱਖਣ ਕਰਕੇ ਲਿਖਾਈਏ। ਹਾਂਜੀ ਕਿੰਨੀ ਕੁ ਮਿਹਨਤ ਹੈਗੀ ਪਹਿਲਾਂ ਦੇ ਇਹਦੇ ਵਿੱਚ? ਮਿਹਨਤ ਸਾਡੇ ਬ੍ਰਦਰ ਦੀ ਬਹੁਤ ਆ ਦੋਨਾਂ ਦੀ, ਉਹ 2003 ਤੋਂ ਸਟਰਗਲ ਕਰਨ ਡਏ ਆ ਜੀ, ਤੇ ਵੱਡੇ ਬ੍ਰਦਰ ਵੀ ਸੇਮ ਹੀ ਆ, ਉਸ ਤੋਂ ਛੋਟੇ ਉਹ ਵੀ ਸੇਮ ਹੀ ਆ, ਤੇ ਉਹਨਾਂ ਨੇ ਕਿਸੇ ਮਤਲਬ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਸੀ, ਖਾਸ ਕਰਕੇ ਮੈਨੂੰ, ਤੇ ਬਹੁਤ ਜ਼ਿਆਦਾ ਸਟਰਗਲ ਆ 2003 ਤੋਂ ਕਰਦੇ, ਹੌਲੀ ਹੌਲੀ ਸਟੈਪ ਬਾਈ ਸਟੈਪ ਇੱਥੋਂ ਤੱਕ ਪਹੁੰਚੇ। ਇੱਕ ਤਾਂ ਕਹਿ ਲਈਏ ਕਿ
ਕਈ ਜਗ੍ਹਾ ਦੇਖਣ ਨੂੰ ਮਿਲਦਾ ਕਿ ਸਾਰੇ ਪਰਿਵਾਰ ਜਿਹੜੇ ਹੈਗੇ ਉਹ ਪਿੰਡ ਛੱਡ ਕੇ ਕਹਿੰਦੇ ਬਾਹਰ ਚੱਲੀਏ। ਹਾਂਜੀ। ਔਰ ਜਦੋਂ ਇੱਕ ਅੱਧਾ ਕੋਈ ਸੈਟਅਪ ਬਣ ਜਾਂਦਾ ਫਿਰ ਬੰਦਾ ਬਾਹਰ ਦਾ ਹੀ ਹੋ ਕੇ ਰਹਿ ਜਾਂਦਾ। ਹਾਂਜੀ। ਤੇ ਤੁਸੀਂ ਸੋਚਿਆ ਕਿ ਨਹੀਂ ਇੱਥੇ ਦੇ ਹੋ ਕੇ ਰਹਿਣਾ ਤੇ ਵਿਲੱਖਣ ਇੱਥੇ ਹੀ ਕਰ ਦੇਣਾ। ਹਾਂਜੀ। ਦੋਨੋਂ ਬ੍ਰਦਰ ਜਿਵੇਂ ਬਾਹਰ ਆ ਤੇ ਮਤਲਬ ਮੈਂ ਇੱਥੇ ਸੋਚਿਆ ਕਿ ਫੂਡ ਕਾਰਨਰ ਮੇਰਾ ਵੀ ਖੋਲਣ ਦਾ ਇੱਥੇ ਇਰਾਦਾ ਜੀ। ਠੀਕ ਹੈ। ਇੱਕ ਲੰਬੇ ਸਮੇਂ ਦੀ ਮਿਹਨਤ ਤੇ ਜ਼ਰੂਰ ਹੈਗੀ ਆ। ਹਾਂਜੀ। ਥੋੜਾ ਜਿਹਾ ਇੱਕ ਵਾਰੀ ਦੱਸੋਗੇ ਕਿ ਬੁੱਤ ਬਣਿਆ ਲਿਆਂਦਾ ਗਿਆ ਤੁਹਾਡੇ ਵੱਲੋਂ ਜਾਂ ਇੱਥੇ ਬਣਵਾਇਆ ਗਿਆ? ਨਹੀਂ ਜੀ, ਇਹ ਨਾ ਅਸੀਂ ਇੱਥੇ ਖੁਦ ਮਿਸਤਰੀ ਕੋਲ ਬਣਵਾਇਆ ਜੀ, ਤੇ ਕਾਫੀ 2-3 ਮਹੀਨੇ ਇਹਨੂੰ ਮਤਲਬ ਤਿਆਰ ਹੁੰਦਿਆਂ ਲੱਗ ਗਿਆ ਜੀ। ਕਿਹੜੀ ਜਗ੍ਹਾ ਤੋਂ ਮਿਸਤਰੀ ਆਏ ਔਰ ਕਿੰਨੀ ਕੁ ਲਾਗਤ ਜਿਹੜੀ ਆਪਾਂ ਕਹੀਏ ਵੈਸੇ? ਇਹ ਮਹਿਲਪੁਰ ਤੋਂ ਆਏ ਜੀ ਮਿਸਤਰੀ, ਤੇ ਤਕਰੀਬਨ ਹੁਣ ਤੱਕ ਇਹ 3.5 ਲੱਖ ਰੁਪਈਆ ਲੱਗ ਗਿਆ, ਤੇ ਤਕਰੀਬਨ 1.5 ਲੱਖ ਹੋਰ ਲੱਗੂਗਾ ਇਹਨੂੰ ਕੰਪਲੀਟ ਹੁੰਦਿਆਂ। ਵਿਸ਼ੇਸ਼ਤਾ ਕੀ ਸਮਝਦੇ ਹੋ ਇਸ ਚੀਜ਼ ਨੂੰ ਲੈ ਕੇ? ਸਭ ਤੋਂ ਅਜੂਬਾ ਦੁਨੀਆ ਦੇ ਵਿੱਚ ਬਿਲਕੁਲ ਹੈਗਾ। ਹਾਂਜੀ। ਔਰ ਖਾਸ ਤੌਰ ਦੇ ਉੱਤੇ ਇਹਦੀ ਬਣਤਰ ਦੇ ਵਿੱਚ ਕੋਈ ਧਿਆਨ ਦਿੱਤਾ ਗਿਆ ਹੋਵੇ ਵਿਸ਼ੇਸ਼ ਕੇ ਹੂ ਬਹੂ ਮਤਲਬ ਬਹੁਤ ਸੋਹਣਾ ਤਿਆਰ ਕੀਤਾ ਜੇ ਆਪਾਂ ਨਜ਼ਦੀਕ ਤੋਂ ਦੇਖੀਏ? ਵੈਸੇ ਤਾਂ ਹੁਣ ਚਲੋ ਕਹਿ ਸਕਦੇ ਹਾਂ ਕਿ ਹਾਲੇ ਤਿਆਰੀ ਵੀ ਹੈਗੀ ਆ, ਹੋਰ ਵੀ ਹੋ ਰਹੀ ਆ। ਹਾਂਜੀ। ਔਰ ਕਿਹੜੀਆਂ ਚੀਜ਼ਾਂ ਦਾ ਖਾਸ ਧਿਆਨ ਹੈ ਇਹਨੂੰ ਬਣਾਉਂਦੇ ਆ? ਇਹਨੂੰ ਅਸੀਂ ਮਿਸਤਰੀ ਨੂੰ ਮਤਲਬ ਕਿਹਾ ਕਿ ਸਾਨੂੰ ਅਲੱਗ ਚੀਜ਼ ਚਾਹੀਦੀ ਆ, ਜਿਵੇਂ ਫਿਰ ਉਹਨੇ ਪੂਰੀ ਆਪਣੀ ਮਿਹਨਤ ਲਾਈ ਸਕੇਲ ਦੇ ਵਿੱਚ, ਸਟੈਪ ਬਾਈ ਸਟੈਪ ਥੋੜਾ ਥੋੜਾ ਸਕੇਲ ਦੇ ਵਿੱਚ ਕਰਕੇ ਉਹਨੇ ਪੂਰੀ ਆਪਣੀ ਮਿਹਨਤ ਲਾ ਕੇ ਇਹਨੂੰ ਤਿਆਰ ਕੀਤਾ ਜੀ। ਦੀ ਹਾਈਟ ਭਾਜੀ ਕਿੰਨੀ ਕੁ ਹੋਊਗੀ? ਹਾਈਟ ਦੋਨਾਂ ਨੂੰ ਮਿਲਾ ਕੇ ਇੱਕ ਤਾਂ ਬੇਸ ਦੀ ਹੈਗੀ ਜੇ 15 ਫੁੱਟ ਤੇ 16 ਫੁੱਟ ਹੈਗੀ ਜੇ ਸਟੈਚੂ। ਠੀਕ ਹੈ। 31 ਫੁੱਟ ਦੇ ਲਾਗੇ ਆਪਾਂ ਕਹਿ ਹਾਂਜੀ ਹੈ ਨਾ। ਹਾਂਜੀ। ਠੀਕ ਹੈ। ਇੱਕ ਵੱਡੀ ਹਾਈਟ ਹੈ ਔਰ ਦੂਰ ਤੋਂ ਅਸੀਂ ਦੇਖ ਰਹੇ ਸੀਗੇ ਪਿੰਡ ਆਉਣ ਤੋਂ ਪਹਿਲਾਂ ਜਦੋਂ ਫਿਰਨੀ ਤੋਂ ਦੂਰ ਤੋਂ ਦਿਖਾਈ ਦੇ ਰਿਹਾ। ਹਾਂਜੀ। ਠੀਕ ਹੈ। ਔਰ ਇੱਕ ਚੀਜ਼ ਹੋਰ ਹੈਗੀ ਹੈ, ਜਦੋਂ ਇਹਦੀ ਤਿਆਰੀ ਕੀਤੀ ਗਈ ਹੈਗੀ ਹੈ 3 ਮਹੀਨੇ ਫਿਰ ਪਿੱਛੇ ਜੇ ਤੇ ਮੌਸਮ ਯੇ ਵੋ ਔਰ ਹਾਈਟ ਦੇ ਉੱਤੇ ਕੋਈ ਜ਼ਿਆਦਾ ਲੱਗਦਾ ਨਹੀਂ ਹੈ ਕਿ ਕਹਿ ਲਈਏ ਕਿ ਸਾਰਾ ਮਟੀਰੀਅਲ ਉੱਪਰ ਖੜਨਾ ਇੰਨਾ। ਹਾਂਜੀ। ਉਹਦੀ ਮਜ਼ਬੂਤੀ ਦੇ ਲਈ ਕੀ ਵਿਸ਼ੇਸ਼ ਹੈਗਾ? ਮਜ਼ਬੂਤੀ ਉਹਦੇ ਲਈ ਭਾਜੀ ਬਹੁਤ ਮਜ਼ਬੂਤੀ ਕੀਤੀ ਆ ਅਸੀਂ, ਜੋ ਲੈਂਟਰ ਦੇ ਵਿੱਚੋਂ ਸਰੀ ਹੈ ਨਾ, ਅਸੀਂ ਉਹਨਾਂ ਨੂੰ ਉੱਪਰ ਖੜ ਕੇ ਟੋਟਲੀ ਲੈਂਟਰ ਦੇ ਵਿੱਚੋਂ ਸਾਰੇ ਸਰੀ ਉੱਪਰ ਗਏ ਜੀ, ਤੇ ਬਾਅਦ ਦੇ ਵਿੱਚ ਉੱਪਰ ਸਟੈਚੂ ਦਾ ਜਾਲ ਬੰਨ ਕੇ ਉਹਨਾਂ ਨੇ ਬਹੁਤ ਮਜ਼ਬੂਤੀ ਨਾਲ ਬਣਾਇਆ ਜੀ। ਜਿਹੜਾ ਕਹਿ ਦਈਏ ਕਿ ਕੋਠੀ ਦੀ ਸ਼ੁਰੂਆਤ ਆ, ਕਿੰਨਾ ਕੁ ਸਮਾਂ ਹੋ ਗਿਆ ਇਹਨੂੰ ਕੰਪਲੀਟ ਬਣਾਉਂਦਿਆਂ? ਸ਼ੁਰੂਆਤ ਦੇ ਵਿੱਚ ਇਹ ਮਨ 'ਚ ਸੀਗਾ ਕਿ ਉੱਪਰ ਇਹ ਚੀਜ਼ ਬਣਾਉਣੀ ਆ ਫਿਰ? ਨਹੀਂ, ਇਹ ਆਈਡੀਆ ਸਾਨੂੰ ਬਾਅਦ ਦੇ ਵਿੱਚ ਆਇਆ ਜੀ, ਜਦੋਂ ਅਸੀਂ ਸੋਚਿਆ ਕਿ ਕੁਝ ਵੱਖਰਾ ਕਰਕੇ ਆਪਣੇ ਫੈਮਿਲੀ ਨੂੰ ਦਈਏ, ਤੇ ਇਹਦੇ ਬਾਰੇ ਅਸੀਂ ਬਾਅਦ 'ਚ ਸੋਚਿਆ ਜੀ, ਇਹ ਬਾਅਦ 'ਚ ਜਦੋਂ ਬਣਤਰ ਸੀ। ਹਾਂਜੀ। ਠੀਕ ਹੈ। ਤੇ ਇਹ ਕਹਿ ਸਕਦੇ ਹਾਂ ਕਿ ਅਲੱਗ ਸੋਚ ਨੂੰ ਲੈ ਕੇ ਜਦੋਂ ਬੰਦਾ ਚੱਲਦਾ ਹੈਗਾ ਕਿ ਕੁਝ ਲੱਖਣ ਕੀਤਾ ਜਾਵੇ, ਹਾਂਜੀ, ਫਿਰ ਲੱਗ ਸਕੇ ਪਿੰਡਾਂ ਪੁੰਡਾਂ ਵਾਲੇ ਵੀ ਵੀਰ ਜਾਂ ਦੂਰ ਦਰਾਡੇ ਵਾਲੇ? ਸੋਸ਼ਲ ਮੀਡੀਆ ਤੇ ਤੁਸੀਂ ਪਾਈ ਸੀਗੀ ਇਹ? ਸੋਸ਼ਲ ਮੀਡੀਆ ਤੇ ਇੱਕ ਵੀਰ ਨੇ ਪਾਈ ਸੀ, ਹਾਊਸ ਡਿਜ਼ਾਈਨਿੰਗ 98 ਵਾਲੇ ਨੇ, ਉੱਥੇ ਕਾਫੀ ਵਿਊ ਤੇ ਲਾਈਕ ਆਏ ਜੀ। ਅੱਛਾ। ਵਾਇਰਲ ਜਿਹੜੀ ਹੈਗੀ ਆ ਤੁਹਾਡੇ ਵੱਲੋਂ ਨਹੀਂ ਕੀਤੀ ਗਈ, ਉਦਾਂ ਕਿਸੇ ਨੇ ਬਣਾ ਕੇ? ਉਦਾਂ ਕਿਸੇ ਨੇ ਕੀਤੀ ਹੈਗੀ ਹੈ ਜੀ। ਬਹੁਤ ਲੋਕੀ ਮਤਲਬ ਖਿੱਚ ਕੇ ਫੋਟੋਆਂ ਜਾਂਦੇ ਆ, ਇੱਕ ਇੱਥੇ ਬ੍ਰਿਗੇਡੀਅਰ ਹੀ ਸਾਹਿਬ, ਉਹਨਾਂ ਨੇ ਆਪਣੀ ਪੂਰੀ ਮਤਲਬ ਫੈਮਿਲੀ ਦੇ ਨਾਲ ਇੱਥੇ ਫੋਟੋ ਖਿੱਚ ਕੇ ਖੜੀ ਹੈ। ਅੱਛਾ। ਇੱਕ ਤੁਸੀਂ ਗੱਲ ਕਰਨ ਦੇ ਸੀਗੇ ਕਿ ਕੋਈ ਵਿਦੇਸ਼ ਤੋਂ USA ਤੋਂ ਹੀ ਆਏ ਸੀਗੇ ਫੈਮਿਲੀ, ਤੇ ਉਹ ਇਹਨੂੰ ਦੇਖ ਕੇ ਤੁਸੀਂ ਗੱਲ ਕਰ ਰਹੇ ਸੀ? ਹਾਂਜੀ, ਇੱਥੇ ਫੈਮਿਲੀ ਆ ਸਾਡੇ, ਅੰਕਲ ਹੀ ਲੱਗਦੇ ਆ, ਸੋਡੀ ਅੰਕਲ, ਉਹਨਾਂ ਦੇ ਬਾਹਰੋਂ ਫੋਰਨਰ ਆਏ ਸੀ ਤੇ ਉਹਨਾਂ ਨੇ ਫੋਟੋਆਂ ਖਿੱਚੀਆਂ ਇੱਥੋਂ ਦੀਆਂ, ਉਹ ਆਂਦੇ ਕਿ ਉਹ ਘੱਟ ਵਧੀਆ ਲੱਗਦਾ ਵਾ, ਇਹ ਜ਼ਿਆਦਾ ਵਧੀਆ ਲੱਗਦਾ ਵਾ। ਹਲੇ ਤਿਆਰ ਹੋ ਰਿਹਾ? ਹਾਂਜੀ, ਉਹ ਆਂਦੇ ਕਿ ਇਹ ਬੈਟਰ ਆ ਉਹਦੇ ਨਾਲੋਂ। ਕੀ ਖਾਸੀਅਤ ਨੂੰ? ਖਾਸੀਅਤ ਕਿ ਬਿਲਕੁਲ ਬਰੀਕੀ ਨਾਲ ਇਹਨੂੰ ਡਿਜ਼ਾਈਨ ਕੀਤਾ ਗਿਆ ਵਾ, ਛੋਟੀ ਛੋਟੀ ਚੀਜ਼ ਦਾ ਧਿਆਨ ਰੱਖਿਆ ਗਿਆ ਇਹਦੇ ਵਿੱਚ। ਜਿੱਦਾਂ ਹੁਣ ਉਹਦੀ ਆਪਾਂ ਗੱਲ ਕਰੀਏ 305 ਫੁੱਟ, ਕਿਉਂਕਿ ਉਹ ਤੇ ਚਲੋ ਉਹੋ ਜੀ ਜਗ੍ਹਾ ਜਾਂ ਫਿਰ ਉਹੋ ਜੀ ਸਪੇਸ, 305 ਫੁੱਟ ਦੀ ਹਾਈਟ, ਤੇ ਉਹਦਾ ਘੱਟੋ ਘੱਟ 10% ਜਿਹੜੇ ਹੈਗੀ ਆ ਉਹ ਤੁਸੀਂ ਹਾਈਟ ਰੱਖੀ ਤੇ 31-32 ਫੁੱਟ ਦੇ ਲਾਗੇ ਲਾਗੇ, 31 ਫੁੱਟ ਦੇ ਲਾਗੇ ਹਨਾ? ਹਾਂਜੀ, 31 ਫੁੱਟ ਦੇ ਲਾਗੇ।
ਠੀਕ ਹੈ। ਪਰ ਇਹਦੇ ਵਿੱਚ ਪੇਂਟ ਵਗੈਰਾ ਜਾਂ ਕਲਰਿੰਗ ਵਗੈਰਾ ਬਿਲਕੁਲ ਹੂਬਹੂ ਨਹੀਂ, ਅਜੇ ਥੋੜਾ ਕਲਰਿੰਗ ਦਾ ਥੋੜਾ ਥੋੜਾ ਹੋ ਗਿਆ ਜੇ ਡਾਊਟਫੁਲ, ਤੇ ਇਹਨੂੰ ਬਾਅਦ ਦੇ ਵਿੱਚ ਅਸੀਂ ਫੇਰ ਰਿਪੇਅਰ ਕਰਕੇ ਜਦੋਂ ਕੰਪਲੀਟ ਹੋ ਗਿਆ ਅਸੀਂ ਫੇਰ ਪੇਂਟ ਕਰਾਉਣਾ। ਤਿਆਰੀ ਦੇ ਵਿੱਚ ਮੁਕੰਮਲਤਾ ਦੇ ਵਿੱਚ ਹੋਰ ਕੀ ਕਮੀਆਂ ਪੇਸ਼ੀਆਂ ਹਾਲੇ ਤੁਹਾਨੂੰ ਲੱਗਦੀਆਂ ਕਿ ਹੈਗੀਆਂ ਪੂਰੀਆਂ ਕਰਨੀਆਂ? ਅਜੇ ਇਹਦੇ ਵਿੱਚ ਲਾਈਟਨਿੰਗ ਹੋਣ ਵਾਲੀ ਆ ਤੇ ਕੁਰਸੇ ਦੀ ਡਿਜ਼ਾਈਨਿੰਗ ਅਜੇ ਬਾਕੀ ਆ, ਉਹ ਅਸੀਂ ਥੋੜੀ ਦੇਰ ਤੱਕ ਕਰਵਾਵਾਂਗੇ। ਠੀਕ ਹੈ। ਇੱਕ ਚੀਜ਼ ਹੋਰ ਹੈਗੀ ਆ ਕਿ ਜਿੱਦਾਂ ਪੰਜਾਬੀ, ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਸੀਗੀ ਕਿ ਅਸੀਂ ਪਰਿਵਾਰ ਜਿਹੜੇ ਹੈਗੇ ਉਹ ਵਿਦੇਸ਼ ਨੂੰ ਕੂਚ ਕਰਦੇ ਪਏ, ਹੈ ਨਾ? ਹਾਂਜੀ। ਤੁਸੀਂ ਹੁਣ ਜਿੱਦਾਂ ਕਿਹਾ ਕਿ ਮੈਂ ਇੱਥੇ ਕੋਈ ਫੂਡ ਬਿਜ਼ਨਸ ਸ਼ੁਰੂ ਕਰਨ ਜਾ ਰਿਹਾ, ਹਾਂਜੀ, ਤੇ ਫੂਡ ਬਿਜ਼ਨਸ ਸ਼ੁਰੂ ਕਰਨ ਦਾ ਕਨਸੈਪਟ ਕਿੱਦਾਂ, ਜਾਂ ਪਹਿਲਾਂ ਵਿਦੇਸ਼ ਕਿਹੜੀ ਜਗ੍ਹਾ ਸੀ ਕਿ ਕੀ ਕੰਮ ਕਰ ਕੀਤਾ? ਪਹਿਲਾਂ ਮੈਂ ਓਮਾਨ ਦੇ ਵਿੱਚ ਸੀ, ਤੇ ਆਪਾਂ ਜਿੱਦਾਂ ਹੁਣ ਫੋਰਨ ਜਾਂਦੇ ਹਾਂ ਉਹ ਆਪਾਂ ਕਹਿ ਸਕਦੇ ਹਾਂ ਹਮੇਸ਼ਾ ਸਟਰਗਲ ਹੀ ਆ ਉਹਦੇ ਵਿੱਚ, ਆਪਣਾ ਜੋਬ ਅਤੇ ਬਸ ਆਪਣਾ ਫੂਡ ਰਹਿ ਗਿਆ ਉਹਦੇ ਵਿੱਚ, ਉਹਦੇ ਵਿੱਚ ਕੋਈ ਵੀ ਆਪਾਂ ਫੈਮਿਲੀ ਨੂੰ ਟਾਈਮ ਨਹੀਂ ਦੇ ਪਾਉਂਦੇ, ਇਸੇ ਕਰਕੇ ਫੈਮਿਲੀ ਦੇ ਵਿੱਚ ਮੈਂ ਰਹਿਣ ਦਾ ਡਿਸੀਜਨ ਲਿਆ। ਠੀਕ ਹੈ। ਕੋਈ ਸੁਨੇਹਾ ਜਿਹੜਾ ਦੇਣਾ ਚਾਹੋ ਜਿਹੜੇ ਲੋਕ ਪੰਜਾਬ ਨੂੰ ਛੱਡ ਕੇ ਆਪਾਂ ਦੂਸਰੀ ਤਰਫ ਗੱਲ ਕਰਦੇ ਹਾਂ ਕਿ ਸਾਰਾ ਕੁਛ ਜਿਹੜਾ ਵਿਦੇਸ਼, ਕਿਉਂਕਿ ਜਿੰਨੀ ਸੋਹਣੀ ਜਗ੍ਹਾ ਹੈਗੀ ਆ ਇੱਥੇ, ਹੁਣ ਜੋ ਤਿਆਰੀ ਤੁਹਾਡੇ ਵੱਲੋਂ ਕੀਤੀ ਗਈ ਹੈਗੀ ਆ, ਔਰ ਸਾਹਮਣੇ ਇੱਕ ਚੰਗਾ ਵਿਊ, ਬਹੁਤ ਸੋਹਣਾ ਪਿੰਡ ਦਾ, ਹਾਂਜੀ, ਕੁਛ ਸੁਨੇਹਾ ਜਿਹੜਾ ਹੈਗਾ ਤੁਹਾਡੇ ਮਨ ਦੇ ਵਿੱਚ ਹੋਵੇ ਕਿ ਪੰਜਾਬੀ ਨੌਜਵਾਨਾਂ ਨੂੰ ਦੇਣਾ? ਤੇ ਉਹ ਚੀਜ਼ ਸੁਨੇਹਾ ਭਾਜੀ ਇਹੀ ਆ ਕਿ ਬਹੁਤ ਲੋਕੀ ਆ, ਪਹਿਲਾਂ ਵਾਲੀ ਗੱਲ ਨਹੀਂ ਰਹੀ, ਹੁਣ ਬਹੁਤ ਲੋਕੀ ਇਹ ਸੋਚਦੇ ਆ ਕਿ ਅਸੀਂ ਪੰਜਾਬ ਵਾਪਸ ਜਾਈਏ, ਤੇ ਹੌਲੀ ਹੌਲੀ ਨਵੀਂ ਜਨਰੇਸ਼ਨ ਨੂੰ ਇਹੀ ਪਤਾ ਲੱਗ ਜਾਣਾ ਕਿ ਸਾਰਾ ਕੁਛ ਇੱਥੇ ਹੈਗਾ, ਆਪਾਂ ਨੂੰ ਬਾਹਰ ਆਪਾਂ ਕਿਸ਼ਤਾਂ ਦੇ ਵਿੱਚ ਹੀ ਆਪਣੀ ਪੂਰੀ ਜ਼ਿੰਦਗੀ ਸਪੈਂਡ ਕਰ ਦਿੰਦੇ, 20-25 ਸਾਲ ਆਪਾਂ ਕੋਲ ਘਰ ਦੀਆਂ ਕਿਸ਼ਤਾਂ ਨਹੀਂ ਤਰਦੀਆਂ, ਇੱਥੇ ਜੋ ਵੀ ਆਪਾਂ ਇੱਕ ਗੱਡੀ ਲੈਣੀ ਹੁੰਦੀ ਆ ਉਹ ਵੀ ਸਾਡੇ ਕੋਲ ਹੈਗੀ ਆ ਘਰੇ, ਜੇ ਆਪਾਂ ਘਰ ਉੱਥੇ ਜਾ ਕੇ ਲੈਣਾ ਉਹ ਵੀ ਸਾਡੇ ਕੋਲ ਹੈਗਾ, ਇੱਥੇ ਆਪਣੇ ਕੋਲ ਆਪਣਾ ਵਾ, ਉੱਥੇ ਜਾ ਕੇ ਆਪਾਂ ਨੂੰ ਕਿਸ਼ਤਾਂ ਦੇਣੀਆਂ ਪੈਣੀਆਂ ਵਾ, ਤੇ ਪੂਰੀ 20-25 ਸਾਲ ਆਪਣਾ ਇਸੇ ਵਿੱਚ ਹੀ ਲੰਘ ਜਾਂਦਾ, ਤੋ ਇੱਥੇ ਮੈਂ ਸੋਚਦਾ ਕਿ ਇੱਥੇ ਬੈਟਰ ਆ, ਤੇ ਹੋਰ ਨਵੀਂ ਜਨਰੇਸ਼ਨ ਵੀ ਇਸ ਬਾਰੇ ਸੋਚਦੀ ਆ। ਕੀ ਲੱਗਦਾ ਵੈਸੇ, ਠੀਕ ਹੈ ਕਿ ਕਮਾਈ ਕਰਨੀ ਜ਼ਰੂਰੀ ਹੈਗੀ ਆ, ਕਿਉਂਕਿ ਸ਼ੌਂਕ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਕਿ ਸ਼ੌਂਕ ਸੀ, ਜਾਂ ਕਹਿ ਲਓ ਕਿ ਬੰਦੇ ਦੇ ਮਨ 'ਚ ਚਾਅ ਹੁੰਦਾ, ਸ਼ੁਰੂਆਤੀ ਮਿਹਨਤ ਹੁੰਦੀ ਆ, ਬੰਦਾ ਕਹਿੰਦਾ ਕਿ ਮੈਂ ਆਪਣੀ ਮਿਹਨਤ ਦੇ ਨਾਲ ਕੋਈ ਚੀਜ਼ ਤਿਆਰ ਕਰਨੀ ਆ, ਜਾਂ ਪਰਿਵਾਰ ਨੂੰ ਮਾਂ ਨਾਲ ਪਿਆਰ ਆ, ਪਿਓ ਨਾਲ ਪਿਆਰ ਆ, ਤੇ ਉਹਨਾਂ ਨੇ ਬੜੀ ਮਿਹਨਤ ਕਰਕੇ ਉੱਥੋਂ ਜਿਹੜੇ ਬੱਚੇ ਉਹਨਾਂ ਨੂੰ ਵਿਦੇਸ਼ ਭੇਜਿਆ ਜਾਂਦਾ, ਹਾਂਜੀ, ਲੇਕਿਨ ਜਦੋਂ ਉੱਥੇ ਹੋ ਕੇ ਰਹਿ ਜਾਂਦੇ ਆ ਪਿੱਛੇ ਮਾਪਿਆਂ ਦਾ ਚੇਤਾ ਭੁੱਲ ਜਾਂਦਾ, ਫਿਰ ਕਿਤੇ ਨਾ ਕਿਤੇ ਉਹ ਵੀ ਮਹਿਸੂਸ ਕਰਦੇ ਆ ਉਹ ਮਾਪੇ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ, ਅੱਜ ਪੰਜਾਬ ਦੇ ਕਿੰਨੇ ਘਰਾਂ ਨੂੰ ਤਾਲੇ ਲੱਗੇ ਹੋਏ, ਔਰ ਕਿੰਨੀ ਖੁਸ਼ੀ ਦੀ ਗੱਲ ਹੈਗੀ ਆ ਕਿ ਜੇਕਰ ਉੱਥੇ ਘਰਾਂ ਨੂੰ ਤਾਲੇ ਲੱਗੇ ਆ ਤੇ ਇੱਥੇ ਉਹ ਵੀ ਲੋਕ ਹੈਗੇ, ਉਹ ਵੀ ਸੋਚ ਰੱਖਦੇ ਜਿਹੜੇ ਕਹਿੰਦੇ ਕਿ ਇੱਥੇ ਬਣਾਉਣਾ ਹੈਗਾ, ਮਿਹਨਤ ਕੀਤੀ ਆ ਵਾਪਸ ਆਏ ਦੇ, ਔਰ ਇੱਥੇ ਹੁਣ ਕਾਰੋਬਾਰ ਜਿਹੜਾ ਹੈਗਾ ਕਿ ਠੀਕ ਆ, ਰੁਜ਼ਗਾਰ ਜਿਹੜਾ ਉਹ ਤਾਂ ਜ਼ਰੂਰੀ ਆ, ਕੰਮ ਕਰਨਾ ਵੀ ਜ਼ਰੂਰੀ ਆ, ਲੇਕਿਨ ਪਰਿਵਾਰ ਦੇ ਜੇਕਰ 4 ਭਰਾ ਆ, 2 ਹੈਗੇ ਆ ਤੇ 2 ਉੱਥੇ ਕਰ ਰਹੇ, ਇੱਕ ਬੰਦਾ ਇੱਥੇ ਵੀ ਰਹੇ, ਪਰਿਵਾਰ ਵੀ ਸਾਂਭੇ, ਕਿੰਨੇ ਜੀਵ ਹੈਗੇ ਵੈਸੇ ਪਰਿਵਾਰ ਦੇ ਵਿੱਚ? ਅਸੀਂ ਟੋਟਲ 11 ਮੈਂਬਰ ਆ ਜੀ। ਠੀਕ ਹੈ। ਹਾਂਜੀ, 2 ਬ੍ਰਦਰ ਆ ਤੇ ਬਾਕੀ ਅਸੀਂ 9 ਮੈਂਬਰ ਇੱਥੇ। ਠੀਕ ਹੈ। ਬੱਚੇ ਹੋ ਗਏ ਕੰਪਲੀਟ ਫੈਮਿਲੀ, ਫਿਰ ਇਹ ਹੁੰਦਾ ਕਿ ਚਲੋ ਘਰ ਦੇ ਵਿੱਚ ਦੇਖ ਰੇਖ ਵੀ ਕੰਮ ਕਾਜ ਜਿਹੜੇ ਨਾਲੇ ਤੁਸੀਂ ਇੱਥੇ ਰਹੋਗੇ ਤੇ ਉਹ ਵੀ ਮਿਲ। ਹਾਂਜੀ। ਠੀਕ ਹੈ। ਤੇ ਪਿੰਡ ਨੂੰ ਲੈ ਕੇ ਕਨਸੈਪਟ ਜਿਹੜਾ ਸੀਗਾ, ਜਿੱਦਾਂ ਸ਼ਹਿਰਾਂ ਨੂੰ ਲੋਕ ਕੂਚ ਕਰਦੇ, ਪਿੰਡ ਦੇ ਬਾਰੇ ਕੁਝ ਕਹਿਣਾ ਚਾਹੋਗੇ ਤੁਸੀਂ? ਪਿੰਡ ਸਭ ਕੁਝ ਵਧੀਆ, এনवायरमेंट ਬਹੁਤ ਵਧੀਆ, ਦੇ ਸਾਹਮਣੇ ਸਕੂਲ ਆ, ਤੇ ਇੱਧਰ ਵੀ ਖੇਤ ਆ, ਇੱਧਰ ਪਿੰਡ ਆ, ਸਾਰਾ ਕੁਝ এনवायरमेंट ਵਧੀਆ, ਰੱਬ ਨੇ ਬਹੁਤ ਕੁਝ ਦਿੱਤਾ ਸ੍ਰੀ ਗੁਰੂ ਰਾਮਦਾਸ ਜੀ, ਚਲੋ ਉਹਨਾਂ ਦੀ ਕਿਰਪਾ ਇਦਾਂ ਹੀ ਬਣਾਈ ਰੱਖੇ ਰੱਬ। ਇੱਕ ਸੋਹਣਾ ਜਿੱਦਾਂ ਸਵੇਰ-ਸਵੇਰ ਸੂਰਜ ਚੜ੍ਹਦਾ ਹੋਵੇ ਤੇ ਬਹੁਤ ਸੋਹਣਾ ਵਿਊ ਦਾ ਵੀ ਇੱਕ ਮਾਤਾ ਜੀ ਬਹੁਤ ਸੋਹਣਾ ਲੱਗਦਾ। ਹਾਂਜੀ ਹਾਂਜੀ, ਬਹੁਤ ਵਧੀਆ ਲੱਗਦਾ ਜੀ, ਰਾਤ ਨੂੰ ਥੋੜਾ ਜਦੋਂ ਇੱਥੇ ਖਲੋਈਦਾ ਬਹੁਤ ਵਧੀਆ ਲੱਗਦਾ ਵਾ, ਕੋਈ ਆਉਂਦਾ ਵਾ, ਕੋਈ ਜਾਂਦੇ ਆ, ਬੱਚੇ ਖੇਡਦੇ ਆ ਗਰਾਊਂਡ ਦੇ ਵਿੱਚ, ਬੜਾ ਵਧੀਆ ਲੱਗਦਾ, ਆਪਣੇ ਬੱਚੇ ਵੀ ਚਲ ਜਾਂਦੇ ਗਰਾਊਂਡ 'ਚ ਖੇਡਣ, ਤੇ ਬੜਾ ਵਧੀਆ ਲੱਗਦਾ ਵਾ ਵੀ ਚਲੋ
ਵਾਹਿਗੁਰੂ ਨੇ ਇੱਥੋਂ ਤੱਕ ਪਹੁੰਚਾਇਆ। ਪਤਾ ਜੀ ਵੈਸੇ ਸ਼ੁਕਰ ਜਿਹੜਾ ਹੈਗਾ ਚਲੋ ਹਮੇਸ਼ਾ ਪਰਮਾਤਮਾ ਦਾ ਹਰੇਕ ਨੂੰ ਕਰਨਾ ਚਾਹੀਦਾ ਹੈਗਾ। ਜਦੋਂ ਬੱਚਿਆਂ ਦੀ ਮਿਹਨਤ ਤੇ ਉਹਨਾਂ ਦੀ ਸੋਚ, ਜਿੱਦਾਂ ਹੁਣ ਵੀਰ ਹੁਣ ਉਹਨਾਂ ਨੇ ਕਿਹਾ ਕਿ ਮੈਂ ਚਾਹੁੰਦਾ ਸੀਗਾ ਕਿ ਮਾਤਾ ਜੀ ਨੂੰ ਸਮਰਪਿਤ, ਮਤਲਬ ਇੱਕ ਇਹੋ ਜਿਹੀ ਚੀਜ਼ ਜਿਹੜੀ ਹੈ ਉਹਨਾਂ ਨੂੰ ਖੁਸ਼ ਕਰਨਾ, ਕੋਈ ਅਲੱਗ ਦੀ ਚੀਜ਼ ਪਰ ਕਿੰਨੀ ਵਿਲੱਖਣ ਦੀ ਚੀਜ਼ ਲੈ ਕੇ ਆਉਣਾ, ਹਨਾ, ਤੇ ਉਹਨੂੰ ਦੇਖ ਕੇ ਕੀ ਮਹਿਸੂਸ ਕਰਦੇ ਆਪਣੇ? ਬੜਾ ਵਧੀਆ ਕਰਦੇ, ਬੱਚਿਆਂ ਨੇ ਬਹੁਤ ਮਿਹਨਤ ਕੀਤੀ ਆ, ਬੱਚੇ ਬਹੁਤ ਪਰਮਾਤਮਾ ਦੀ ਆਗਿਆਕਾਰ ਵਾ, ਬੱਚੇ ਬਹੁਤ ਮੰਨਦੇ, ਕਹਿਣਾ ਮੰਨਦੇ ਆ ਬੱਚੇ, ਤੇ ਬੱਚੇ ਬਹੁਤ ਮੇਰੀ ਇੱਜ਼ਤ ਕਰਦੇ ਆ, ਬੱਚੇ ਬਾਹਰੋਂ ਵੀ ਬਹੁਤ ਰੱਖਦੇ ਮੇਰਾ ਖਿਆਲ, ਤੇ ਚਲੋ ਬੱਚੇ ਵਾਹਿਗੁਰੂ ਉਹਨਾਂ ਦੀ ਕਿਰਪਾ ਕਰੇ। ਬਹੁਤ ਗਰੀਬੀ 'ਚੋਂ ਬੱਚਿਆਂ ਨੇ ਵਿਚਾਰੇ ਉੱਠ ਕੇ ਇੱਥੋਂ ਤੱਕ ਪਹੁੰਚੇ ਆ। ਹਾਂਜੀ, ਬਹੁਤ ਗਰੀਬੀ ਵੇਖੀ ਬੱਚਿਆਂ ਨੇ ਪਹਿਲਾਂ, ਵਾਹਿਗੁਰੂ ਨੇ ਇੱਥੋਂ ਤੱਕ ਮਸਾਂ ਹੀ ਪਹੁੰਚਾਇਆ, ਸਤਿਗੁਰੂ ਨੇ ਉਹਨਾਂ ਦੀ ਮਿਹਨਤ ਨੂੰ ਫਲ ਲਾਇਆ, ਉਹਨਾਂ ਦੀ ਕਿਰਪਾ ਨੂੰ। ਤੁਹਾਡਾ ਦਿਲ ਨਹੀਂ ਕਰਦਾ ਹੈਗਾ ਬੇਟਾ ਜਿੱਦਾਂ USA ਆ ਕੇ ਮੈਂ ਜਾਣਾ? ਕਰਦਾ, ਦਿਲ ਕਰਦਾ, ਮਿਲਣ ਨੂੰ ਦਿਲ ਕਰਦਾ, ਤੁਹਾਡਾ ਕਰਦਾ। ਕਈ ਵਾਰ ਉਹਦੇ ਬਹੁਤ ਮਨ ਦੁਖੀ ਹੋ ਜਾਂਦਾ ਵੀ 5 ਸਾਲ ਹੋ ਗਏ ਬੱਚੇ ਗਏ ਨੂੰ, ਹੁਣ ਵੇਖੋ ਉਹਨਾਂ ਦਾ ਪਰਿਵਾਰ ਜਾਣ ਦੀ ਤਿਆਰੀ ਕਰਨ ਡਿਆ, ਵੇਖੋ ਕਦੋਂ ਤੱਕ ਜਾਂਦਾ ਉਹਨਾਂ ਦਾ ਪਰਿਵਾਰ, ਬੱਚੇ ਜਾਣਗੇ ਉਹਨਾਂ ਦੇ, ਤੇ ਆਪਣਾ ਤੇ ਮਾਂ ਦਾ ਦਿਲ ਤੇ ਕਰ ਹੀ ਆਉਂਦਾ, ਮਾਂ ਦਾ ਦਿਲ ਤੇ ਕਰਦਾ ਹੀ ਆ। ਬਾਬੂ ਘੋਰੇ ਹਾਂਜੀ ਹੁੰਦੀ ਆ, ਹੁੰਦੀ ਆ, ਬੜਾ ਮਨ ਕਰ ਰਹਿੰਦਾ ਵੀ ਬੱਚੇ ਨੂੰ ਮਿਲੀਏ, ਬੱਚੇ ਨੂੰ ਮਿਲਣ ਮਨ ਕਰਦਾ, ਪਰਦੇਸ ਤੇ ਪਰਦੇਸੀ ਹੋ ਜਾਂਦਾ ਨਾ ਫਿਰ, ਦਿਲ ਤੇ ਕਰਦਾ ਹੀ ਆ। ਪਰ ਚਲੋ ਬੇਟੇ ਦਾ ਸਾਥ ਇੱਕ ਦਾ ਇੱਥੇ ਹੈ, ਦੋ ਉੱਥੇ ਮਿਹਨਤ ਵੀ ਕਰ ਰਹੇ ਹੈਗੇ ਆ, ਔਰ ਕਿਉਂਕਿ ਮਾਂ ਪਿਓ ਨੇ ਜਦੋਂ ਪਾਲਿਆ ਪੋਸਿਆ ਹੋਵੇ ਕਮਾਈਆਂ ਨੂੰ, ਠੀਕ ਹੈ ਅੱਜ ਰੋਜ਼ਗਾਰ ਕਿਤੇ ਨਾ ਕਿਤੇ ਨਾ ਹੋਣ ਤਾਂ ਮਜਬੂਰੀ ਬਣ ਜਾਂਦੀ ਹੈ ਬਾਹਰ ਜਾਣਾ, ਮਜਬੂਰੀ ਨੂੰ ਹੀ ਬੱਚੇ ਜਾਂਦੇ ਆ ਬਾਹਰ ਬੇਟਾ, ਜੇ ਇੱਥੇ ਕੋਈ ਉਹਨਾਂ ਨੂੰ ਨੌਕਰੀ ਮਿਲ ਜੇ ਜਾਂ ਕੋਈ ਇੱਥੇ ਉਹਨਾਂ ਨੂੰ ਵਧੀਆ ਉਹਨਾਂ ਦਾ ਕੰਮ ਬਣ ਜੇ, ਕੋਈ ਬੱਚਿਆਂ ਨੂੰ ਜਿੱਦਾਂ ਪੜ੍ਹਾਈਆਂ ਕਰਦੇ ਆ, ਤੇ ਬੱਚਿਆਂ ਨੂੰ ਲੋੜ ਕੀ ਆ ਧੱਕੇ ਖਾਣ ਦੀ ਬਾਹਰ, ਤੁਹਾਨੂੰ ਪਤਾ ਹੀ ਆ ਬਾਹਰ ਬੱਚਿਆਂ ਨੂੰ ਕਿੰਨਾ ਕੁ ਕਿਤੇ ਸੌਖਾ ਕੰਮ, ਬੱਚਿਆਂ ਦਾ ਬੜਾ ਔਖਾ ਕੰਮ, ਸਾਰਾ ਦਿਨ ਬੱਚੇ ਮਿਹਨਤ ਕਰਦੇ ਆ। ਜਦੋਂ ਪਹਿਲੀ ਵਾਰੀ ਜਿੱਦਾਂ ਮੰਨ ਲਓ ਕਿ ਵੀਰ ਹੁਣੇ ਜਿੱਦਾਂ ਦੱਸਦੇ ਸੀਗੇ 2003 ਦੇ ਵਿੱਚ ਗਏ, ਹੈ ਨਾ, ਤੇ ਮੇਰੇ ਖਿਆਲ 2003 ਉਦੋਂ ਇੰਨਾ ਰੁਝਾਨ ਨਹੀਂ ਸੀਗਾ ਬਾਹਰ ਨੂੰ ਲੈ ਕੇ, ਨਾ, ਔਰ ਬਹੁਤ ਬਿਰਲੇ ਬਿਰਲੇ ਲੋਕ ਪਿੰਡਾਂ 'ਚ ਹੁੰਦੇ ਸੀਗੇ ਕਿ ਫਲਾਣੇ ਪਿੰਡ ਦਾ ਬਈ ਉਹਨਾਂ ਦਾ ਟੱਬਰ ਜਿਹੜਾ ਹੈਗਾ ਜੀ ਫਲਾਣੀ ਜਗ੍ਹਾ 'ਤੇ ਹੈਗਾ, ਜਾਂ ਆਹ ਟੱਬਰ ਜਿਹੜਾ ਹੈਗਾ ਜੀ ਉਹ ਇੱਕ ਅੱਧੇ ਘਰ ਹੁੰਦੇ ਸੀਗੇ, ਹੁਣ ਮੰਨ ਲਓ 500 ਘਰ ਹੈਗਾ, 400 ਘਰਾਂ ਦੇ ਨਿਆਣੇ ਬਾਹਰ ਹੈਗੇ ਆ, ਤੇ ਉਦੋਂ ਜਦੋਂ ਪਹਿਲੀ ਵਾਰੀ ਭੇਜਦੇ ਤੇ ਬੱਚੇ ਨੂੰ ਕੀ ਮਹਿਸੂਸ ਕਰਦੇ? ਬੜੀ ਪਰੇਸ਼ਾਨ ਹੋਈ ਜਦੋਂ ਮੈਂ ਦੁਬਈ ਭੇਜਿਆ ਪਹਿਲੀ ਵਾਰਾਂ, ਬਹੁਤ ਮਨ ਨੂੰ, ਇੱਕ ਵਾਰਾਂ ਤਾਂ ਡਿੱਗੀ ਪਈ ਹਾਂ, ਦੁਬਾਰਾ ਮੁੜ ਕੇ ਥੋੜ੍ਹਾ ਜਿਹਾ ਆਪਣੇ ਦਿਲ ਨੂੰ ਕੀਤਾ ਵੀ ਨਹੀਂ ਮਨਾ, ਇਹ ਬੱਚੇ ਜਾਣਗੇ ਤੇ ਰੋਟੀ ਕਮਾ ਕੇ ਖਾਣਗੇ, ਤੇ ਮੇਰੀ ਵੀ ਤਾਂ ਗਰੀਬੀ ਤਾਂ ਹੀ ਦੂਰ ਹੋਊਗੀ ਜੇ ਬੱਚੇ ਬਾਹਰ ਜਾਣਗੇ ਤੇ ਆਪਣੇ ਤਾਂ ਦੂਰ ਹੋਣਗੇ ਥੋੜ੍ਹੇ। ਫਿਰ ਸਹੀ ਐਰਕਾਂ ਹੋਰ, ਫਿਰ ਦੂਜੀ ਵਾਰ ਹੋਰ, ਫਿਰ ਥੋੜ੍ਹਾ ਥੋੜ੍ਹਾ, ਫਿਰ ਉਹਦਾ ਬੇਟਾ ਹੋ ਗਿਆ ਛੋਟੇ ਦਾ, ਤੇ ਹਾਂਜੀ ਥੋੜ੍ਹਾ, ਹਾਂਜੀ ਪਰਿਵਾਰ 'ਚ ਵੱਡੇ ਦੀਆਂ 2 ਬੇਟੀਆਂ, ਇੱਕ ਬੇਟਾ ਬੇਟੀ ਉਹਨੇ ਲਈ ਆ, ਛੋਟੇ ਨੇ ਲਈ ਆ ਜਿਹੜਾ ਵਿਦੇਸ਼ ਵਾ, ਤੇ ਗੁੱਡੀ ਕਾਕਾ ਹੀ ਉਹਦਾ ਹੋ ਗਿਆ, ਇਸ ਕਰਕੇ ਹੁਣ ਬੱਚਿਆਂ ਦੇ ਵਿੱਚ ਥੋੜਾ ਟਾਈਮ ਪਾਸ ਹੋ ਜਾਂਦਾ ਸੌਖਾ, ਦਿਲ ਲੱਗਾ ਰਹਿੰਦਾ, ਘਰ 'ਚ ਰੌਣਕ ਹੈਗੀ ਆ, ਸੋਹਣਾ ਅੱਗੇ ਕਹਿ ਦਈਏ ਕਿ ਇੱਕ ਤੇ ਆਪਣਾ ਬੇੜਾ ਹੁੰਦਾ, ਇੱਕ ਸੁੱਖ ਨਾਲ ਅੱਗੇ ਤਾਂ ਹੀ ਸੋਹਣਾ, ਬਿਲਕੁਲ ਬਿਲਕੁਲ, ਹਾਂਜੀ ਵਧੀਆ ਟਾਈਮ ਪਾਸ ਹੋ ਜਾਂਦਾ। ਪਤਾ ਜੀ ਕੋਈ ਕਹਿਣਾ ਚਾਹੋ ਦਿਲੋਂ ਕਿ ਜਿੱਦਾਂ ਤੁਸੀਂ ਕਿਹਾ ਕਿ ਪਹਿਲੇ ਦਿਨ ਜਦੋਂ ਬੱਚੇ ਨੂੰ ਤੋਰਿਆ ਬੜਾ ਮਨ ਪਰੇਸ਼ਾਨ ਹੋਇਆ, ਹੁਣ ਵੀ ਤੁਸੀਂ ਹੁਣ ਭਾਵੁਕ ਹੋ ਰਹੇ ਹੋ, ਬੇਟੇ ਦੀ ਗੱਲ ਕਰਦਿਆਂ ਮਿਲਣ ਨੂੰ ਦਿਲ ਕਰਦਾ ਹੈਗਾ,
ਇੱਕ ਜਿੱਦਾਂ ਵੀਰ ਉਹਨਾਂ ਨੇ ਕਿਹਾ ਕਿ ਮੈਂ ਮਾਂ ਨੂੰ ਸਮਰਪਿਤ ਇਹ ਚੀਜ਼ ਦਿੱਤੀ ਹੈਗੀ ਆ। ਸੋਚਿਆ ਸੀਗਾ ਵੈਸੇ ਸ਼ੁਰੂਆਤ ਦੇ ਵਿੱਚ ਜਿਸ ਦਿਨ ਪਹਿਲੇ ਦਿਨ ਬੇਟੇ ਨੂੰ ਭੇਜਿਆ ਸੀ? ਨਹੀਂ ਸੋਚਿਆ ਤਾਂ ਇਹੋ ਜਿਹਾ ਕੁਛ ਨਹੀਂ ਸੀ, ਇੱਦਾਂ ਦਾ ਨਹੀਂ ਸੋਚਿਆ ਵੀ ਚਲੋ ਮਾਲਕ ਇੱਥੋਂ ਤੱਕ ਇਹਨਾਂ ਬੱਚਿਆਂ ਨੂੰ ਪਹੁੰਚਾਊਗਾ ਤੇ ਮੇਰੀ ਵੀ ਕੋਈ ਖੁਸ਼ੀ ਪੂਰੀ ਕਰਨਗੇ। ਅਰੇ ਖੁਸ਼ੀ ਪੂਰੀ ਆ? ਹਾਂਜੀ ਪੂਰੀ ਜੀ, ਮਨ ਖੁਸ਼ ਆ। ਹਾਂਜੀ ਮਨ ਖੁਸ਼ ਆ, ਬੱਚੇ ਆਗਿਆਕਾਰ ਵਾ ਉਹਨਾਂ ਨੂੰ ਮਹਾਰਾਜ, ਇੱਦਾਂ ਹੀ ਉਹਨਾਂ 'ਤੇ ਕਿਰਪਾ ਰੱਖੇ ਬਣਾਈ ਅਤੇ ਚਲੋ ਵਧੀਆ ਵਾ, ਬੱਚੇ ਆਪਣੀ ਕਮਾਈ ਕਰਦੇ ਆ, ਕਿਸੇ ਦਾ ਮਾੜਾ ਨਹੀਂ ਕਰਦੇ, ਕਿਸੇ ਦਾ ਵੇਖ ਕੇ ਸੜਦੇ ਨਹੀਂ ਆ, ਉਹਨਾਂ ਨੂੰ ਮਾਲਕ ਦੇਈ ਜਾਂਦਾ। ਆਪਣੀ ਮਿਹਨਤ ਕਰਦੇ, ਆਪਣੀ ਮਿਹਨਤ ਕਰਦੇ, ਬਹੁਤ ਮਿਹਨਤ ਕਰਦੇ ਦੋਵੇਂ ਬੱਚੇ, ਚਲੋ ਇੰਨੀ ਮਿਹਨਤ ਕਰਦੇ ਆ ਨਾ ਬਾਹਰ, ਬਹੁਤ ਸਾਰੀ ਸਾਰੀ ਰਾਤ ਉਹਨਾਂ ਨੂੰ ਪਤਾ ਨਹੀਂ ਆ ਵੀ ਸੌਣ ਦਾ ਟਾਈਮ ਵੀ ਹੈ ਨਹੀਂ ਅਤੇ ਰੋਟੀ ਖਾਣ ਦਾ ਟਾਈਮ ਵੀ ਉਹਨਾਂ ਦਾ ਕੋਈ ਨਹੀਂ, ਇਸ ਕਰਕੇ ਬਹੁਤ ਮਿਹਨਤ ਨਾਲ ਇੱਥੋਂ ਤੱਕ ਪਹੁੰਚੇ ਬੇਟਾ ਜੀ। ਕੀ ਕੰਮ ਕਰਦੇ? ਬੇਟਾ ਜੀ ਪਹਿਲਾਂ ਤਾਂ ਟਰੱਕ ਡਰਾਈਵਰ ਸੀ ਬਾਹਰ ਬੇਟਾ, ਅਤੇ ਹੁਣ ਉਹਨੇ ਆਪਣਾ ਕਾਰੋਬਾਰ ਖੋਲ੍ਹਿਆ ਹੈ, ਅਤੇ ਗੱਡੀਆਂ ਦਾ ਮਕੈਨਿਕ ਵਾ, ਬਣਾਉਂਦਾ ਹੁਣ ਗੱਡੀਆਂ, ਅਤੇ ਉਹ ਤੋਂ ਛੋਟਾ ਬੇਟਾ, ਵੱਡਾ ਬੇਟਾ ਜਿਹੜਾ ਉਹ ਕਰੇਨ ਆਪਰੇਟਰ ਵਾ। ਹਾਂਜੀ ਉਹ ਕਰੇਨ ਚਲਾਉਂਦਾ। ਠੀਕ ਹੈ। ਅਤੇ ਮਾਤਾ ਜੀ ਇੱਕ ਲਾਸਟ ਜਿਹਾ ਸਵਾਲ ਹੈਗਾ, ਹੋ ਸਕਦਾ ਵੀਰ ਹੁਣੀ ਵੀ ਦੇਖਣਗੇ ਵੀਡੀਓ, ਉਹਨਾਂ ਕੋਲ ਜਾਊਗੀ, ਹੈ ਨਾ, ਕੁਛ ਕਹਿਣਾ ਚਾਹੋਗੇ ਉਹਨਾਂ ਨੂੰ, ਸੁਨੇਹਾ ਦੇਣਾ ਚਾਹੋ, ਕਿਉਂਕਿ ਜੇ ਉਹਨਾਂ ਨੇ ਮਿਹਨਤ ਕਰਕੇ ਮਾਪਿਆਂ ਨੂੰ ਸੋਚਿਆ ਵਾ, ਮਿਹਨਤ ਨੂੰ ਉਹਨਾਂ ਦੀ ਮਿਹਨਤ ਕਹਿਣਾ ਚਾਹੋ, ਉਹਨਾਂ ਨੂੰ ਕਹਿਣਾ ਜੋ ਕਹਿਣਾ, ਉਹਨਾਂ ਦੀਆਂ ਵੱਡੀਆਂ ਉਮਰਾਂ ਹੋਣ। ਹਾਂਜੀ ਸਭ ਬੱਚਿਆਂ ਦੇ ਮਹਾਰਾਜ ਮਿਹਰ ਦਾ ਹੱਥ ਰੱਖੇ, ਜੋ ਵੀ ਵਿਦੇਸ਼ ਗਏ ਆ ਇੱਥੇ ਆ ਬੱਚੇ ਸਭ 'ਤੇ ਮਹਾਰਾਜ ਮਿਹਰ ਦਾ ਹੱਥ ਰੱਖੇ ਮਾਲਕ, ਸਭ ਦੇ ਬੱਚੇ ਰਾਜੀ ਖੁਸ਼ੀ ਰਹਿਣ, ਮਾਵਾਂ ਦੇ ਕਾਲਜੇ ਠੰਡ ਰਵੇ, ਅਤੇ ਇਸ ਕਰਕੇ ਮੈਂ ਇਹੀ ਚਾਹੁੰਦੀ ਹਾਂ ਵੀ ਹਰ ਇੱਕ ਦੇ ਬੱਚੇ ਦੀ ਮਹਾਰਾਜ ਵੱਡੀ ਵੱਡੀ ਉਮਰ ਕਰੇ, ਸਭ ਦੇਸੀ ਪਰਦੇਸੀ ਗਏ ਆ ਅਤੇ ਸਭ ਦੀ ਮਹਾਰਾਜ ਚੜ੍ਹਦੀ ਕਲਾ 'ਚ ਰੱਖੇ ਬੱਚਿਆਂ ਨੂੰ ਮਾਲਕ, ਸਭ ਦੇ ਬੱਚਿਆਂ ਦੀ ਮਹਾਰਾਜ ਚੜ੍ਹਦੀ ਕਲਾ ਕਰੇ। ਇਸ ਕਰਕੇ ਸੋ ਧੰਨਵਾਦ। ਮਾਵਾਂ ਠੰਡੀਆਂ ਛਾਵਾਂ ਇਸੇ ਲਈ ਕਿਹਾ ਜਾਂਦਾ ਹੈ ਕਿ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਬੇਟੇ ਵੀ ਸ਼ਾਇਦ ਇਹ ਵੀਡੀਓ ਦੇਖਣਗੇ, ਤੁਸੀਂ ਗੱਲ ਕਹੋਗੇ, ਉਹਨਾਂ ਨੇ ਫਿਰ ਗੱਲ ਸਾਰਿਆਂ ਦੀ ਕੀਤੀ, ਮਾਵਾਂ ਠੰਡੀਆਂ ਛਾਵਾਂ ਇਸੇ ਲਈ ਕਿਉਂਕਿ ਉਹ ਪੁੱਤ ਦੀ ਗੱਲ, ਉਹਨਾਂ ਨੂੰ ਸਾਰੇ ਪੋਤੀ ਨਜ਼ਰ ਆਉਂਦੇ, ਉਹ ਕਹਿੰਦੇ ਸਾਰੇ ਹੀ ਨਜ਼ਰ ਸਾਰਿਆਂ ਦੇ ਵਾਸਤੇ, ਕਹਿੰਦੇ ਸਾਰੇ ਪੁੱਤ ਨਜ਼ਰ ਆ ਮਾਂ ਵਾਸਤੇ, ਸਾਰੇ ਸਾਰੇ ਮਾਂ ਵਾਸਤੇ, ਸਾਰੇ ਜਿਹੜੇ ਬੱਚੇ ਆ ਨਾ ਸਭ ਸਭ ਮੇਰੇ ਬੱਚੇ ਆ, ਸਭ ਮੇਰੇ ਬੱਚੇ ਨਿੱਕੇ ਵੱਡੇ ਸਭ, ਮੈਂ ਦਿਲੋਂ ਅਸੀਸ ਦਿੰਦੀ ਹਾਂ ਉਹਨਾਂ ਨੂੰ ਬੱਚਿਆਂ ਨੂੰ ਵੀ ਮਹਾਰਾਜ ਉਹਨਾਂ ਨੂੰ ਤਰੱਕੀਆਂ ਬਖਸ਼ੇ, ਗੁਰੂ ਮਹਾਰਾਜ ਦੇਸਾਂ ਪਰਦੇਸਾਂ ਦੇ ਵਿੱਚ ਮਹਾਰਾਜ ਉਹਨਾਂ ਦੀ ਚੜ੍ਹਦੀ ਕਲਾ 'ਚ ਰਹਿਣ, ਬੱਚੇ ਸਭ ਦੇ ਬੱਚੇ ਮਹਾਰਾਜ ਠੰਡ ਕਾਲਜੇ ਰੱਖੇ ਮਾਵਾਂ ਦੇ। ਬਹੁਤ ਧੰਨਵਾਦ ਮਾਤਾ ਜੀ। ਜਸਵੀਰ ਜੀ ਇੱਕ ਲਾਸਟ ਸਵਾਲ ਹੈਗਾ ਕਿ ਕਦੋਂ ਮੁਕੰਮਲ ਕਰ ਰਹੇ ਹੋ ਫਿਰ ਦੁਬਾਰਾ, ਇਹਦੀ ਜਿਹੜੀ ਹੈਗੀ ਹੈ ਕੰਪਲੀਟ ਦੇਖਣ ਨੂੰ ਵੀ ਮਿਲੇ ਸਾਨੂੰ ਕਿ ਤੁਸੀਂ ਜਿਹੜੀ ਕਹਿੰਦੇ ਸੀਗੇ ਲਾਈਟ ਨੂੰ ਲੈ ਕੇ ਇੱਕ ਚੀਜ਼ ਤਿਆਰ ਕਰਨੀ ਰਹਿੰਦੀ ਹੈਗੀ ਆ। ਕੰਪਲੀਟ ਭਾਜੀ ਇਹ 1 ਤੋਂ 1.5 ਮਹੀਨੇ ਤੱਕ ਅਸੀਂ ਕੰਪਲੀਟ ਕਰਵਾ ਲੈਣੀ। ਠੀਕ ਆ। ਹਾਂਜੀ ਤੇ ਫਿਰ ਫੁੱਲ ਤਿਆਰੀ ਜਿਹੜੀ ਹੈਗੀ ਹੈ ਮੁਕੰਮਲਤਾ ਤੋਂ 1.5-2 ਮਹੀਨੇ 'ਚ ਹੋ ਜਾਏਗੀ? ਹਾਂਜੀ 1.5-2 ਮਹੀਨੇ ਤੱਕ ਹੋ ਜਾਏਗੀ। ਠੀਕ ਆ। ਰੰਗ ਰੁੰਗ ਹਾਲੇ ਜਿਹੜਾ ਹੈਗਾ ਬੇਸ ਦਾ ਵੀ ਮੈਂ ਦੇਖਿਆ ਹੈਗਾ ਉਹਦਾ, ਤੇ ਲਾਈਟਿੰਗ ਜਿਹੜੀ ਤੁਸੀਂ ਦਿਖਾ ਰਹੇ ਸੀਗੇ ਉਹ। ਹਾਂਜੀ ਠੀਕ ਹੈ। ਇਹਦੀ ਬੇਸ ਹਾਈਟ ਤੋਂ ਇੱਕ ਵਾਰੀ ਗੱਲ ਰਹਿ ਗਈ ਉੱਥੇ ਆਪਣੀ। ਹਾਂਜੀ ਉਹ ਕਿੰਨੀ ਹੈਗੀ ਆ ਸਟੈਚੂ ਦੇ ਉੱਪਰਲੀ? ਸਟੈਚੂ ਦੇ ਉੱਪਰਲੀ ਤਕਰੀਬਨ 16 ਫੁੱਟ ਦੇ ਕਰੀਬ। ਠੀਕ ਹੈ। ਹਾਂਜੀ ਬਹੁਤ ਬਹੁਤ ਧੰਨਵਾਦ, ਪਹਿਲਾਂ ਤਾਂ ਮਤਲਬ ਸਮਾਂ ਦਿੱਤਾ ਤੁਸੀਂ। ਕੋਈ ਗੱਲ ਨਹੀਂ। ਦੂਜਾ ਗੱਲ ਕਰਨ ਤੋਂ ਵੀਰ ਹੁਣੀ ਬਹੁਤ ਚੱਕਦੇ ਆ, ਕਹਿੰਦੇ ਕਿ ਮਾਈਕ ਤੇ ਗੱਲ ਨਹੀਂ ਹੋ ਸਕਦੀ। ਸਹੀ ਤੇ ਹੁਣ ਹੋ ਗਈ ਵੈਸੇ ਗੱਲ? ਹਾਂਜੀ ਠੀਕ ਹੋ ਗਈ। ਠੀਕ ਹੈ। ਕੋਈ ਸ਼ਾਇਦ ਵਾਲੀ ਗੱਲ ਨਹੀਂ ਜੀ। ਠੀਕ ਹੈ ਬਹੁਤ ਧੰਨਵਾਦ। ਤਾਂ ਅੱਜ ਉਸ ਪਿੰਡ ਦੇ ਵਿੱਚ, ਇੱਕ ਪਿੰਡ ਜਿਹੜਾ ਹੈਗਾ ਡੇਰੀਵਾਲ ਦੇ ਵਿੱਚ ਕਹਿ ਸਕਦੇ ਹਾਂ ਕਿ ਅਸੀਂ ਮੌਜੂਦ ਸੀਗੇ, ਜਿੱਥੇ ਕਿ ਇਸ ਪਿੰਡ ਦੇ ਵਿੱਚ ਸਥਿਤ ਜਿਹੜੀ ਕੋਠੀ ਹੈਗੀ ਆ ਤਿਆਰ ਹੋ ਰਹੀ ਹੈ ਫਿਲਹਾਲ, ਤੇ ਕੋਠੀ ਸਟੈਚੂ ਆਫ ਲਿਬਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀਗੀਆਂ। ਅੱਜ
ਉਸ ਪਰਿਵਾਰ ਦੇ ਕੋਲ ਪਹੁੰਚ ਕੇ ਨਾਲ ਗੱਲਬਾਤ ਕੀਤੀ ਔਰ ਇਸ ਦੇ ਬਾਰੇ ਥੋੜਾ ਜਿਹਾ ਜਾਣਨ ਦੀ ਕੋਸ਼ਿਸ਼ ਕੀਤੀ, ਆਪਣੇ ਦਰਸ਼ਕਾਂ ਦੇ ਨਾਲ ਇਹ ਜਾਣਕਾਰੀ ਜਿਹੜੀ ਹੈਗੀ ਹੈ ਉਹ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਔਰ ਨਾਲ ਹੀ ਜਿਹੜੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹਨਾਂ ਦੀ ਮਿਹਨਤ ਔਰ ਮਿਹਨਤ ਦੇ ਨਾਲ ਨਾਲ ਇੱਕ ਜਿਵੇਂ ਪਰਿਵਾਰ ਦਾ ਕਹਿਣਾ ਹੈਗਾ ਕਿ ਮਿਹਨਤ ਕਰੋ, ਕੰਮ ਕਰੋ, ਕਮਾਈ ਕਰੋ ਔਰ ਵਾਪਸ ਆਪਣੇ ਪੰਜਾਬ ਦੇ ਵਿੱਚ ਆਓ, ਘਰ ਬਣਾਓ ਔਰ ਆਪਣੇ ਪੰਜਾਬ ਨੂੰ ਨਾ ਭੁੱਲੋ, ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹੋ। ਨਿਊਜ਼ 18 ਪੰਜਾਬ ਦੇ ਲਈ ਗੁਰਦਰਸ਼ਨ ਸਿੰਘ।